अंदर जाके पता नहीं ग्लूकोज चलाया, टीके लाए, सामने तो बच्चे ने बाहर दिता है, सानू नहीं अंदर जान दिता। असि यही मांग करने जी, एदा लाइसेंस रद्द किया जाए, इत जो बनती कारवाई इत परचा किया जाए। ਬੱਚਿਆਂ ਦਾ ਕਾਤਲ ਮੁਰਦਾਬਾਦ 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 ਡਾਕਟਰ ਦਰੇਸ ਮੁਰਦਾਬਾਦ 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 ਬੱਚਿਆਂ ਦਾ ਕਾਤਲ। दुनिया भर की ताजा अपडेट्स के लिए न्यूज 89 चैनल को अभी सब्सक्राइब करें और क्लिक करें बेल आइकन पर। धन्यवाद। इक्कीस दिनों के बच्चे की मौत से गुस्साए परिवार वालों ने आज यहां के दिनेश अस्पताल के बाहर रोष प्रदर्शन कर डॉक्टर के खिलाफ कानूनी कार्रवाई करने की मांग कर अस्पताल के बाहर खूब हंगामा किया, जिस पर माहौल खराब होता देख राजपुरा सिटी पुलिस के एसएचओ पुलिस पार्टी के साथ मौके पर पहुंचे और स्थिति को काबू किया। क्या है सारा मामला आपको विस्तार से बताने की कोशिश करते हैं। बीते कई समय से दिनेश अस्पताल में ऐसी घटनाएं आमतौर पर सामने आती रहती हैं, मगर आज गांव मांगपुर निवासी भूपिंदर सिंह सहित कई लोगों ने पत्रकारों को जानकारी देते हुए बताया कि ਪਿੰਡ ਮਾਂਗਪੁਰ ਆਈ ਇਹ ਜਿਹੜੇ ਬੱਚੇ ਦੀ ਅੱਜ ਡੈਥ ਹੋਈ ਕੀ ਲੱਗਦਾ ਤੁਹਾਡਾ? ਇਹ ਮੇਰਾ ਭਤੀਜਾ ਹੀ। ਕੀ ਕਹਿਣਾ ਚਾਹੁੰਦੇ ਹੋ ਕਿਉਂ? ਮੈਂ ਇਹੀ ਕਹਿਣਾ ਚਾਹੁੰਦਾ ਜਦ ਅਸੀਂ ਸਵੇਰੇ ਬੱਚਾ ਇੱਥੇ ਲੈ ਕੇ ਆਏ ਨਾ ਜੀ, ਬੱਚਾ ਸਾਡਾ ਠੀਕ ਸੀ, ਬੱਚਾ ਨੂੰ ਸਰਦੀ 'ਚ ਠੰਡ ਲੱਗ ਜਾਂਦੀ ਹੁੰਦੀ ਹੈ ਜੀ, ਬਸ ਉਹ ਇਹਦੇ ਤੋਂ ਦਵਾਈ ਲਈ ਹੈ, ਇਹਨੇ ਬੱਚੇ ਨਾਲ ਸਾਡੇ ਨਾਲ ਪਤਾ ਨਹੀਂ ਕੀ ਅੰਦਰ ਕੀਤਾ ਕੀ ਨਹੀਂ ਕੀਤਾ ਜੀ। ਉਸ ਤੋਂ ਬਾਅਦ ਜ਼ਿਆਦਾ ਇਹ ਬੱਚੇ ਨੂੰ ਐਡਮਿਟ ਕਰ ਲੈਂਦਾ, ਜ਼ਿਆਦਾ ਸੀਰੀਅਸ ਸੀ, ਇਹਨੇ ਬੱਚਾ ਸਾਡਾ ਭੇਜਤਾ ਘਰਾਂ, ਕਹਿੰਦੇ ਘਰਾਂ ਲੈ ਜਾਓ। ਉਸ ਤੋਂ ਬਾਅਦ ਜੋ ਬੱਚੇ ਨਾਲ ਦੁਬਾਰਾ ਆਏ ਹੈ ਇੱਥੇ, ਇਹਨੇ ਬੱਚਾ ਸਾਡਾ ਐਡਮਿਟ ਨਹੀਂ ਕੀਤਾ ਜੀ। ਉਸ ਤੋਂ ਬਾਅਦ ਇਹ ਕਹਿੰਦਾ ਤੁਸੀਂ ਐਮਰਜੈਂਸੀ ਉੱਥੇ PGI ਲੈ ਜਾਓ, ਉੱਥੋਂ ਲੈ ਜਾਓ। ਇੱਕ ਘੰਟਾ ਇਹਨੇ ਸਾਨੂੰ ਇੱਥੇ ਵੀ ਰਨ ਕੀਤਾ ਜੀ, ਕਦੀ ਐਂਬੂਲੈਂਸ ਬੁਲਾਉਂਦਾ ਜੀ, ਕਦੀ ਉਹਦੇ ਆਕਸੀਜਨ ਵਾਲੇ ਜੋ ਵੀ ਪ੍ਰਬੰਧ ਹੁੰਦਾ ਐਂਬੂਲੈਂਸ 'ਚ, ਇਹਨੇ ਸਾਰਾ ਸਮਾਨ ਕੱਢ ਲਿਆ ਜੀ। ਜਦੋਂ ਇੱਥੋਂ ਲੈ ਕੇ ਗਏ ਜੀ, ਜਦੋਂ ਇੱਥੇ ਬੱਚਾ ਲੈ ਕੇ ਗਏ ਜੀ, ਉਸ ਤੋਂ ਬਾਅਦ ਅਸੀਂ ਘਰਾਂ ਗਏ ਜੀ, ਜਾਂਦਿਆਂ ਅਸੀਂ ਬੱਚੇ ਨੂੰ ਇਹ ਕਹਿੰਦੇ ਦਵਾਈ ਦੇ ਜਾਓ ਘਰਾਂ ਲਿਜਾ ਕੇ, ਅਸੀਂ ਘਰਾਂ ਲਿਜਾ ਕੇ ਦਵਾਈ ਦਿੱਤੀ ਹੈ। ਦਵਾਈ ਦਿੰਦਿਆਂ ਸਾਰ ਬੱਚਾ ਮਤਲਬ ਠੰਡਾ ਹੋਣਾ ਸ਼ੁਰੂ ਹੋ ਗਿਆ ਜੀ, ਉਹ ਬੱਚਾ ਠੰਡਾ ਹੋਣਾ ਸ਼ੁਰੂ ਹੋਇਆ। ਅਸੀਂ ਇੱਥੇ ਆਏ, ਇਹਨੇ ਆਉਂਦਿਆਂ ਬੱਚੇ ਨੂੰ ਹੱਥ ਨਹੀਂ ਪਾਇਆ, ਜ਼ਿਆਦਾ ਬੱਚਾ ਆਉਂਦਾ ਇਹਨੂੰ ਐਡਮਿਟ ਕਰਦਾ, ਕੁਝ ਕਰਦਾ ਇਹਨੂੰ, ਇਹ ਕਹਿੰਦਾ ਬਾਹਰ ਲੈ ਜਾਓ, ਬਾਹਰ ਲੈ ਜਾਓ, ਚੰਡੀਗੜ੍ਹ ਲੈ ਜਾਓ, ਉੱਥੇ ਲੈ ਜਾਓ। ਹੁਣ ਅਸੀਂ ਦੱਸੋ ਕਿੱਥੇ ਲੈ ਕੇ ਜਾਂਦੇ? ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਇਹੀ ਮੰਗ ਕਰਨੇ ਜੀ, ਇਹਦਾ ਲਾਇਸੈਂਸ ਰੱਦ ਕੀਤਾ ਜਾਵੇ, ਇਹ ਤੇ ਜੋ ਬਣਦੀ ਕਾਰਵਾਈ ਹੈ ਤੇ ਪਰਚਾ ਕੀਤਾ ਜਾਵੇ ਜੀ। ਅਗਰ ਕੋਈ ਕਾਰਵਾਈ ਨਹੀਂ ਹੁੰਦੀ ਫਿਰ ਥੋੜਾ ਧਰਨਾ ਜਾਰੀ ਰਹੂ? ਹਾਂ, ਇਹ ਤਾਂ ਇਦਾਂ ਹੀ ਜਾਰੀ ਰਹੇਗਾ ਜੀ, ਫਿਰ ਜੋ ਅੱਜ ਸਾਡੇ ਨਾਲ ਹੋਈ ਕੱਲ ਨੂੰ ਕਿਸੇ ਹੋਰ ਦੇ ਬੱਚਿਆਂ ਨਾਲ ਵੀ ਹੋ ਸਕਦੀ ਹੈ। ਮਾਂਗਪੁਰੀ ਕੀ ਮਾਮਲਾ ਹੋਇਆ? ਮਾਮਲਾ ਇਦਾਂ ਹੀ, ਅਸੀਂ ਸਵੇਰੇ ਬੱਚੇ ਨੂੰ ਲੈ ਕੇ ਆਏ ਦਵਾਈ ਦਵਾਉਣ ਵਾਸਤੇ, ਠੰਡ ਠੀਕ ਠਾਕ ਸੀਗਾ ਜੀ, ਠੰਡ ਲੱਗੀ ਸੀਗੀ ਮਾੜੀ ਜੀ, ਤੇ ਇਹਨਾਂ ਸਾਨੂੰ ਆਖਿਆ ਕਿ ਬਿਲਕੁਲ ਠੀਕ ਹੈ ਤੇ ਆਪਾਂ ਇਹਨੂੰ ਮਾੜੀ ਦਵਾਈ ਦਾਂਗੇ। ਦਵਾਈ ਮਤਲਬ ਕਿ ਇਹਨਾਂ ਨੇ ਟੀਕਾ ਲਾਇਆ 21 ਦਿਨਾਂ ਦੇ ਨਾਲੇ ਟੀਕਾ ਨਹੀਂ ਲੱਗਦਾ, ਠੀਕ ਹੈ, ਗੁਲੂਕੋਸ਼ ਲਾਇਆ ਇਹਨਾਂ ਨੇ ਤੇ ਫਿਰ ਦਵਾਈ ਦਿੱਤੀ। ਉਸ ਤੋਂ ਬਾਅਦ 15 ਮਿੰਟ ਬਾਅਦ ਅਸੀਂ ਘਰਾਂ ਚਲੇ ਗਏ ਜੀ, ਘਰਾਂ ਜਾ ਕੇ ਅਸੀਂ 10-15 ਮਿੰਟ ਬੈਠੇ ਹਾਂ ਜੀ, ਤੇ ਉਸ ਤੋਂ ਬਾਅਦ ਇਹਨੂੰ ਦੁੱਧ ਪਿਆ ਕੇ ਦਵਾਈ ਦਿੱਤੀ ਬੱਚੇ ਨੂੰ। ਦਵਾਈ ਦਿੰਦਿਆਂ ਸਾਰ ਹੀ ਬੱਚਾ ਠੰਡਾ ਹੋਣ ਲੱਗ ਗਿਆ ਜੀ, ਅਸੀਂ ਇਹਨਾਂ ਕੋਲ ਲੈ ਕੇ ਆਏ ਹਾਂ, ਇਹਨਾਂ ਨੂੰ ਆਖਿਆ ਕਿ ਇੱਥੇ ਐਡਮਿਟ ਕਰੋ ਜੀ, ਸਾਨੂੰ ਕਹਿੰਦੇ ਕਿ ਇੱਥੋਂ ਲੈ ਜਾਓ, ਬਸ ਬੱਚਾ ਜ਼ਿਆਦਾ ਸੀਰੀਅਸ ਹੈ, ਇੱਥੋਂ ਲੈ ਜਾਓ, ਬਸ ਸਾਨੂੰ ਇਹਨਾਂ ਨੇ ਇੱਕ ਘੰਟਾ ਇੱਥੇ ਵਿਰਾਨ ਕੀਤਾ ਜੀ। ਇੱਕ ਘੰਟੇ ਤੋਂ ਬਾਅਦ ਅਸੀਂ ਇਹਨਾਂ ਦੀਆਂ ਮਿੰਨਤਾਂ ਕੀਤੀਆਂ, ਤਰਲੇ ਕੀਤੇ ਜੀ, ਇਹਨਾਂ ਨੇ ਕੋਈ ਸਾਡਾ ਹੱਲ ਨਹੀਂ ਕੀਤਾ, ਆਹ ਫੋਨ 'ਤੇ ਕੀਤਾ ਇਹਨਾਂ ਨੇ, ਫੋਨ ਲਾਇਆ ਕਦੇ ਐਂਬੂਲੈਂਸ ਨੂੰ, ਕਦੇ ਕਿਹਨੂੰ, ਕਦੇ ਕਿਹੜੇ ਡਾਕਟਰ ਨੂੰ ਜੀ, ਇਹਨਾਂ ਨੇ ਪਰ ਸਾਡੇ ਬੱਚੇ ਨੂੰ ਐਡਮਿਟ ਨਹੀਂ ਕੀਤਾ। ਆਕਸੀਜਨ ਵਗੈਰਾ ਤੱਕ ਕੱਢ ਲਈ ਜੀ, ਗੱਡੀ ਜਦੋਂ ਐਡਮਿਟ ਕਰਕੇ ਉੱਥੇ PGI ਵਾਸਤੇ ਹੀ ਰੈਫਰ ਕੀਤਾ, ਉਸ ਤੋਂ ਬਾਅਦ ਇਹਨਾਂ ਨੂੰ ਆਖਿਆ ਜੀ ਆਕਸੀਜਨ ਲਾ ਦਿਓ, ਆਕਸੀਜਨ ਵਾਲਾ ਸਾਰਾ ਸਮਾਨ ਇਹਨਾਂ ਨੇ ਐਂਬੂਲੈਂਸ 'ਚੋਂ ਕੱਢ ਲਿਆ। ਹਾਂ ਜੀ, ਅੱਜ ਹੈ ਬੱਚਾ ਜਨਮ ਕਿੱਥੇ ਹੋਇਆ ਜੀ ਬੱਚੇ ਦਾ? PGI ਜੀ। ਬੱਚੇ ਨਾਲ ਹੋਇਆ ਇਹਨੇ ਨਾ ਇਨਸਾਫੀ ਕੀਤੀ ਸਾਡੇ ਨਾਲ,
ਬੱਚੇ ਸਾਡੇ ਨੂੰ ਸਾਂਭਦਾ ਜਿੱਦਾਂ ਇਹਦੇ ਕੋਲ ਸਵੇਰੇ ਲੈ ਕੇ ਆਏ ਸੀ ਜਾਂ ਤਾਂ ਸਾਡੇ ਬੱਚੇ ਨੂੰ ਉਦੋਂ ਐਡਮਿਟ ਕਰ ਲੈਂਦਾ ਜੀ ਜਾ ਕੇ ਖੇਡਦਾ ਸਾਡੇ ਨਾਲ ਉਹ ਗੱਲ ਕਿਸੇ ਹੋਰ ਬੱਚੇ ਨਾਲ ਨਹੀਂ ਹੋਏਗਾ ਇੱਕ ਜਣਾ ਬੋਲੋ ਬੋਲੋ ਤੁਹਾਨੂੰ ਕੀ ਜਿਹੜੀ ਕੀ ਕਾਰਵਾਈ ਵੀਰ ਜੀ ਵੀਰ ਜੀ ਇਹੀ ਕੰਮ ਮੰਗੇ ਕਿ ਜਿਹੜੀ ਬਣਦੀ ਕਾਰਵਾਈ ਇਹਦੇ ਤੇ ਕੀਤੀ ਜਾਵੇ ਕਿਉਂਕਿ ਅੱਜ ਸਾਡੇ ਬੱਚੇ ਨਾਲ ਹੋਈ ਕੱਲ ਨੂੰ ਕਿਸੇ ਹੋਰ ਬੱਚੇ ਨਾਲ ਹੋਈ ਕੱਲ ਨੂੰ ਕਿਸੇ ਹੋਰ ਦੇ ਬੱਚੇ ਨਾਲ ਵੀ ਹੋਵੇਗੀ ਆਪਾਂ ਐ ਨਹੀਂ ਚਾਹੁੰਦੇ ਕਿ ਅੱਜ ਮੇਰਾ ਬੇਟਾ ਹੀ ਕੱਲ ਨੂੰ ਕਿਸੇ ਹੋਰ ਦਾ ਹੀ ਬੇਟਾ ਹੋ ਸਕਦਾ ਕੀ ਲੱਗਦਾ ਤੁਹਾਡਾ ਜਿਹੜਾ ਬੱਚਾ ਪੋਤਾ ਹੈ ਇਹ ਕੀ ਹੋਇਆ ਇਹਨਾਂ ਨੂੰ ਜਰਾ ਇਹੀ ਕਿ ਇੱਥੇ ਦਵਾਈ ਲੈ ਕੇ ਆਏ ਦਵਾਈ ਲੈਣੀ ਐ ਚੰਗਾ ਭਲਾ ਸੀ ਅਸੀਂ ਤੇ ਆਦੇ ਮਾੜੀ ਜੀ ਠੰਡ ਏ ਅਸੀਂ ਆਖਿਆ ਦਵਾਈ ਦੇ ਦਿਓ ਵੀ ਵਧੀਆ ਦਵਾਈ ਦਿਓ ਜਿੰਨਾ ਇਹਨੂੰ ਵੀ ਠੀਕ ਠਾਕ ਹੋ ਜਾਏ ਦਵਾਈ ਦਿੱਤੀ ਚੰਗਾ ਭਲਾ ਸੀ ਦਵਾਈ ਵੀ ਦਿੱਤੀ ਏ ਫਿਰ ਇਹਨੇ ਅੰਦਰ ਲੈ ਗਿਆ ਸਾਡੇ ਤੋਂ ਇਹ ਫੜ ਕੇ ਅੰਦਰ ਜਾ ਕੇ ਪਤਾ ਨਹੀਂ ਗੁਲਗੋਚ ਲਾਇਆ ਟੀਕੇ ਲਾਏ ਨੇ ਸਾਨੂੰ ਤਾਂ ਬੱਚਿਆਂ ਨੇ ਬਾਹਰ ਦਿੱਤਾ ਏ ਸਾਨੂੰ ਨਹੀਂ ਅੰਦਰ ਜਾਣ ਦਿੱਤਾ ਇਹ ਲਾਈ ਹੈ ਚੇਪੀ ਜੀ ਟੀਕਾ ਲਾਇਆ ਗੁਲਗੋਚ ਲਾਇਆ ਸਾਨੂੰ ਤਾਂ ਬਾਹਰ ਨਰਸ ਨੇ ਦੱਸਿਆ ਵੀ ਟੀਕਾ ਗੁਲਗੋਚ ਲੱਗ ਰਹੇ ਇਹਨਾਂ ਨੂੰ ਬੱਚੇ ਨੂੰ ਅੰਦਰ ਨਹੀਂ ਸਾਨੂੰ ਜਾਣ ਦਿੱਤਾ ਨਾ ਸਾਨੂੰ ਨਹੀਂ ਕੋਲ ਜਾਣ ਦਿੱਤਾ ਸਾਨੂੰ ਬਾਹਰ ਕੱਢਤਾ ਸੀ ਅਸੀਂ ਬਾਹਰ ਕੁਰਸੀ 'ਤੇ ਬੈਠੇ ਰਹੇ ਹਾਂ ਸਾਨੂੰ ਬਾਹਰ ਇਹਨਾਂ ਨੇ ਬਾਈ ਰੱਖਿਆ ਸਾਨੂੰ ਬੱਚਾ ਫਿਰ ਕਰਕੇ ਇਹਨਾਂ ਸਾਰੀ ਕਾਰਵਾਈ ਬਾਅਦ ਜੇ ਦਿੰਦਾ ਰਾਜਕੋਰ ਇਸ ਮੌਕੇ ਪਰ ਨਿਊਜ਼ 89 ਕੀ ਟੀਮ ਦੁਆਰਾ ਦਿਨੇਸ਼ ਹਸਪਤਾਲ ਕੇ ਡਾਕਟਰ ਦਿਨੇਸ਼ ਸਹਿਤ ਸਿਟੀ ਥਾਣਾ ਕੇ SHO ਸੇ ਵੀ ਬਾਤ ਕਰ ਇਸ ਮਾਮਲੇ ਕੇ ਬਾਰੇ ਮੇਂ ਜਾਨਨੇ ਕੀ ਕੋਸ਼ਿਸ਼ ਕੀ ਗਈ ਆਈਏ ਸੁਣਤੇ ਹੈ ਇਸ ਮੌਕੇ ਪਰ ਉਨਕਾ ਕਿਆ ਕਹਿਣਾ ਥਾ ਤੁਹਾਡੀ ਤੇ ਇਹਦਾ ਕੀ ਕਾਰਨ ਹੈ ਕੀ ਨਾਮ ਤੁਹਾਡਾ ਮੇਰਾ ਨਾਮ ਡਾਕਟਰ ਦਿਨੇਸ਼ ਗਰਗ ਹੈ ਮੈਂ ਬੱਚਿਆਂ ਦਾ ਸਪੈਸ਼ਲਿਸਟ ਹੈ ਰਾਜਪੁਰੇ ਪ੍ਰੈਕਟਿਸ ਕਰਦਾ 15 ਸਾਲ ਤੋਂ ਅਤੇ ਇਹ ਬੱਚਾ ਸਵੇਰੇ ਆਉਂਦਾ 27 ਦਿਨ ਦਾ ਬੱਚਾ ਸੀ ਅਤੇ ਇਹ ਬੱਚੇ ਨੂੰ ਚੈਸਟ ਦੀ ਇਨਫੈਕਸ਼ਨ ਸੀਗੀ ਅਤੇ ਅਸੀਂ ਟੈਸਟ ਵਗੈਰਾ ਲਿੱਤੇ ਸਾਰੀਆਂ ਰਿਪੋਰਟਾਂ ਇਹਨਾਂ ਕੋਲ ਹੈ ਪੇਸ਼ੈਂਟ ਕੋਲ ਠੀਕ ਸੀਗੀਆਂ ਅਤੇ ਉਹ ਅਟੈਂਡੈਂਟ ਉਹਦਾ ਫਾਦਰ ਕਹਿੰਦਾ ਜਾਂ ਜੋ ਵੀ ਨਾਲ ਸੀ ਉਹਦੇ ਕਹਿੰਦਾ ਮੈਂ ਵੀ ਨੈਬੂਲਾਈਜ਼ ਵਗੈਰਾ ਕਰ ਲੂੰਗਾ ਅਤੇ ਸਾਨੂੰ ਅਸੀਂ ਦਵਾਈ ਦਵੂਈ ਦੇ ਕੇ ਅਸੀਂ ਭੇਜਤਾ ਅਤੇ 12-1 ਵਜੇ ਦੇ ਵਿੱਚ ਆਉਂਦਾ ਹੈ 12:30-1 ਵਜੇ ਦੇ ਵਿੱਚ ਪੇਸ਼ੈਂਟ ਆਉਂਦਾ ਅਤੇ ਅਸੀਂ ਪੁੱਛਿਆ ਕੀ ਹੋਇਆ ਕਹਿੰਦੇ ਦੁੱਧ ਪਿਲਾਉਂਦੀ ਨਾ ਬੱਚਾ ਨੀਲਾ ਹੋ ਗਿਆ ਅਸੀਂ ਕਿਹਾ ਦੁੱਧ ਕਿਵੇਂ ਪਿਲਾ ਰਹੇ ਸੀ ਕਹਿੰਦੇ ਮੈਂ ਡਰੋਪਰ ਨਾਲ ਪਿਲਾ ਰਹੀ ਸੀ ਅਤੇ ਮੈਂ ਕਿਹਾ ਜੀ ਬੱਚਾ ਚੁੰਘ ਰਿਹਾ ਸੀ ਕਹਿੰਦੇ ਨਹੀਂ ਬਸ ਉਹ ਸੁੱਤਾ ਪਿਆ ਸੀ ਮੈਂ ਪਿਲਾਈ ਜਾ ਰਹੀ ਸੀ ਅਤੇ ਮੈਂ ਕਿਹਾ ਮਾਤਾ ਜੀ ਫਿਰ ਤੁਸੀਂ ਇਹ ਕਿਸ ਤਰ੍ਹਾਂ ਪਿਲਾ ਰਹੇ ਸੀ ਦੁੱਧ ਵੀ ਚੁੰਘਣਾ ਚਾਹੀਦਾ ਸੀ ਇੰਨੇ 'ਚ ਸਾਡੇ ਕੋਲ ਆਏ ਵੀ ਉਸ 'ਚ ਸੀਗਾ ਅਸੀਂ ਫਟਾਫਟ ਇਹਨੂੰ ਐਂਬੂਲੈਂਸ ਦੇ ਕੇ ਇਹ ਕਹਿੰਦੇ ਜੀ ਅਸੀਂ PGI ਜਾਣਾ ਅਸੀਂ ਭੇਜਤਾ ਵੀ ਸਾਡੇ ਕੋਲ ਵੈਂਟੀਲੇਟਰ ਅਵੇਲੇਬਲ ਨਹੀਂ ਸੀਗਾ ਅਤੇ ਅਸੀਂ ਇਹ ਇਹਨੂੰ ਕਹਿਤਾ ਜੀ ਵੀ ਵੈਂਟੀਲੇਟਰ ਵਗੈਰਾ ਇਹਨੂੰ ਐਸਪੀਰੇਟ ਕਰ ਗਿਆ ਬੱਚਾ ਅਤੇ ਲੈ ਜਾਓ ਅਤੇ ਬਸ ਫਿਰ ਉਹ ਉੱਥੇ ਵੀ ਡਾਕਟਰ ਨੇ ਇਹੀ ਦੱਸਿਆ ਵੀ ਐਸਪੀਰੇਸ਼ਨ ਇਹਨਾਂ ਨੇ ਸਾਰੀ ਹਿਸਟਰੀ ਦੱਸੀ ਹੈ ਦਾਦੀ ਨੇ ਬੱਚੇ ਦੀ ਅਤੇ ਉਸ ਤੋਂ ਬਾਅਦ ਇਹ ਮਤਲਬ ਇਹ ਮਤਲਬ ਬਲੇਮ ਗੇਮ ਜਿਸ ਤਰ੍ਹਾਂ ਉਹ ਕਰਦੇ ਹਾਂ ਬਾਕੀ ਤਾਂ ਇਹਨਾਂ ਨੇ ਇਹਨਾਂ ਨੂੰ ਵੀ ਪਤਾ ਕੀ ਹੋਇਆ ਜਦੋਂ ਤੁਹਾਡੇ ਕੋਲ ਲੈ ਕੇ ਆਏ ਤੁਸੀਂ ਕੀ ਟ੍ਰੀਟਮੈਂਟ ਕੀਤਾ ਸੀਗਾ ਅਸੀਂ ਪਹਿਲਾਂ ਤਾਂ ਦਵਾਈ ਦਿੱਤੀ ਸੀ ਇਹਨਾਂ ਨੂੰ ਅਤੇ ਇੱਕ ਇੰਜੈਕਸ਼ਨ ਲਾਇਆ ਸੀ ਅਤੇ ਉਸ ਤੋਂ ਬਾਅਦ ਇਹਨਾਂ ਨੇ ਕੋਈ ਉਸ ਤੋਂ ਬਾਅਦ ਕੋਈ ਟ੍ਰੀਟਮੈਂਟ ਨਹੀਂ ਆਇਆ ਜਦੋਂ ਇੰਜੈਕਸ਼ਨ ਲਾਇਆ ਤਾਂ ਲਿਖਿਆ ਸਾਰਾ ਕੁਝ ਐਂਟੀਬਾਇਓਟਿਕ ਕੀ ਮੇਨ ਜਿਹੜੀ ਬੱਚੇ ਦੀ ਹੁਣ ਡੈਥ ਹੋਈ ਹੈ ਇਹਦੇ ਕੀ ਐਸਪੀਰੇਸ਼ਨ ਆਫ ਫੀਡ ਦੁੱਧ ਐਸਪੀਰੇਸ਼ਨ ਆਫ ਫੀਡ ਇੱਕ ਬਿਮਾਰੀ ਹੈ ਜਿਸ 'ਚ ਬੱਚਾ ਅਗਰ ਆਪ ਨਾ ਚੁੰਘੇ ਮਤਲਬ ਵੀ ਸ਼ੱਕ ਨਾ ਕਰੇ ਤਾਂ ਉਸ ਤੋਂ ਬਾਅਦ ਪਿਲਾਉਣਾ ਜਾਂ ਕਿਸੇ ਤਰ੍ਹਾਂ ਸਕਿੰਗ ਵਗੈਰਾ ਪ੍ਰੋਪਰ ਨਾ ਹੋਵੇ ਤਾਂ ਦੁੱਧ ਪਿਲਾ ਦਿਓ ਤਾਂ ਧੱਕੇ ਸਾਥ ਫਿਰ ਇਹ ਹੋ ਜਾਂਦਾ ਸਾਹ ਦੀ ਨਲੀ 'ਚ ਡਿਲੀਵਰੀ ਤੋਂ ਪਹਿਲਾਂ ਇਲਾਜ ਬੱਚੇ ਦਾ ਮਾਂ ਦਾ ਇੱਥੇ ਸੀਗਾ ਕੁਛ ਨਹੀਂ ਸੀਗਾ ਸਾਡੇ ਕੋਲ ਤਾਂ ਡਿਲੀਵਰੀ ਹੁੰਦੀ ਨਹੀਂ ਅੱਛਾ ਨਹੀਂ ਇਹਨਾਂ ਮਾਪਿਆਂ ਦਾ ਕਹਿਣਾ ਵੀ ਤੁਹਾਡੀ ਗਲਤ ਦਵਾਈ ਕਰਕੇ ਵੀ ਜਿਹੜਾ ਉਹ ਤਾਂ ਤੁਸੀਂ ਹਿਸਟਰੀ ਪੁੱਛੋ ਨਾ ਜੀ ਮੈਂ ਜਿਸ ਤਰ੍ਹਾਂ ਦੱਸ ਰਿਹਾ ਹੁਣ ਗਲਤ ਦਵਾਈ ਤਾਂ ਅਸੀਂ ਲਿਖੀ ਹੋਈ ਹੈ ਲਿਖੀ ਹੋਈ ਹੈ ਦਵਾਈ ਕਿਹੜਾ ਅਸੀਂ ਕੋਈ ਲੁਕੋਚ ਪੋ ਕੀਤੀ ਹੈ ਰਿਪੋਰਟਾਂ ਕੋਲ ਹੈ ਉਹਨਾਂ ਕੋਲ ਸਭ ਕੁਛ ਹੋਗਾ ਉਹਨਾਂ ਦੇ ਘਰ ਸੀਗਾ ਇੱਥੇ ਇਹਨਾਂ ਨੇ ਇਹਨਾਂ ਨੇ ਇਹ ਹਿਸਟਰੀ ਦਿੱਤੀ ਨੇ ਵੀ ਦੁੱਧ ਕਿਸ ਤਰ੍ਹਾਂ ਪਿਲਾਇਆ ਇਹ ਪੁੱਛਿਆ ਜਾਵੇ ਮਾੜਾ ਜੀ ਵੀ ਦੁੱਧ ਪਿਲਾਉਣ ਦਾ ਤਰੀਕਾ ਕੀ ਸੀਗਾ ਜੀ ਕਿਵੇਂ ਪਿਲਾਇਆ ਸੀਗਾ ਜੀ ਬਸ ਪਤਾ ਚੱਲ ਜੂਗਾ ਵੀ ਸਕਿੰਗ ਬੱਚਾ ਕਰ ਨਹੀਂ ਰਿਹਾ ਸੁਸਤ ਬੱਚੇ ਨੂੰ ਦੁੱਧ ਪਿਲਾਉਂਗੇ ਤਾਂ ਹੋਏਗਾ ਹੀ ਦਿੱਕਤ ਇਹ ਬੱਚੇ ਦੀ ਮੌਤ ਸੰਬੰਧੀ ਸੀ ਇੱਕੀ ਦਿਨ ਦਾ ਬੱਚਾ ਹੈਗਾ ਜਿਹਦੀ ਮੌਤ ਹੋ ਗਈ ਜਿਹੜੇ ਵਾਰਸ ਹੈ ਇਹ ਮਤਲਬ ਲਾਉਂਦੇ ਵੀ ਡਾਕਟਰ ਸਾਹਿਬ ਦੀ ਲਾਪਰਵਾਹੀ ਆ ਉਹਦੇ ਕਰਕੇ ਮਤਲਬ ਡਾਕਟਰ ਦਿਨੇਸ਼ ਨੇ ਬੱਚਿਆਂ ਵਾਲੇ ਵੀ ਇਹਨਾਂ ਦੀ ਜਿਹੜੀ ਲਾਪਰਵਾਹੀ ਉਹਦੇ ਕਰਕੇ ਬੱਚੇ ਦੀ ਮੌਤ ਹੋਈ ਹੈ ਆਪਾਂ ਨੂੰ ਜਿਹੜਾ ਪਤਾ ਲੱਗੂਗਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੂਗਾ ਕਿ ਮੌਤ ਦੇ ਕਾਰਨ ਕੀ ਨੇ ਇਸ ਕਰਕੇ ਅਸੀਂ ਵਾਰਸਾਂ ਨਾਲ ਗੱਲਬਾਤ ਕੀਤੀ ਆਪਣਾ ਬਿਆਨ ਲਿਖਾਉਣਗੇ ਬਿਆਨ ਲਿਖਾਉਣ ਤੋਂ ਬਾਅਦ ਆਪਾਂ ਪੋਸਟਮਾਰਟਮ ਕਰਵਾ ਕੇ ਜੋ ਵੀ ਪੋਸਟਮਾਰਟਮ ਦੀ ਰਿਪੋਰਟ ਹੋਊਗੀ ਉਹਦੇ ਮੁਤਾਬਕ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਊਗੀ ਉਹ ਆਪਾਂ ਕਰਾਂਗੇ ਸਰ ਮੌਕੇ ਦੇ ਅੱਗੇ ਤੁਸੀਂ ਕੀ ਦੇਖਿਆ ਜੀ ਜੱਜ ਅਸੀਂ ਮੌਕੇ ਦੇ ਦੇਖੇ ਡਾਕਟਰ ਸਾਹਿਬ ਮਿਲੇ ਉਹਨਾਂ ਨੇ ਕੁਝ ਦੱਸਿਆ ਬਾਕੀ ਵਾਰਸਾਂ ਨੇ ਜਿਹੜੀ ਗੱਲਬਾਤ ਦੱਸੀ ਹੈ ਲੇਕਿਨ ਲਾਸਟ ਤਾਂ ਆਪਾਂ ਨੂੰ ਇਸ ਗੱਲ ਤੋਂ ਪਤਾ ਲੱਗੇਗਾ ਕਿ ਮਤਲਬ ਪੋਸਟਮਾਰਟਮ ਤੋਂ ਬਾਅਦ ਹੀ ਡਾਕਟਰ ਸਾਹਿਬ ਕਈ ਸੂਤਰਾਂ ਦਾ ਵੀ ਪਤਾ ਲੱਗੇ ਵੀ ਇਸੇ ਹਸਪੀਟਲ ਰੌਲਾ ਪੈਂਦਾ ਜ਼ਿਆਦਾ ਨਹੀਂ ਚਲੋ ਮੈਨੂੰ ਤਾਂ ਇਸ ਗੱਲ ਦਾ ਨਹੀਂ ਪਤਾ ਹੈ ਤੁਹਾਨੂੰ ਕਿਸਨੇ ਸੂਚਨਾ ਦਿੱਤੀ ਸੀ ਸਰ ਉਰੇ ਹੈ ਜੀ ਕਿਸਨੇ ਸੂਚਨਾ ਦਿੱਤੀ ਸੀ ਪੁਲਿਸ ਨੂੰ ਉਰੇ ਮੈਨੂੰ ਤਾਂ ਆਪਣੇ ਮੁਲਾਜ਼ਮਾਂ ਨੇ ਦਿੱਤੀ ਸੀ ਤੇ ਉਰੇ ਕਿਹੜੇ ਪਿੰਡ ਦੇ ਲੋਕ ਹੈ ਜੀ ਇਹ ਪਿੰਡ ਦਾ ਤਾਂ ਨਹੀਂ ਮੈਂ ਵੀ ਨਹੀਂ ਮਾਂਗ ਮਾਂਗ ਮਾਂਗ
अब फिलहाल बच्चे के शव का पोस्टमार्टम करवाने के लिए शव को सिविल अस्पताल के शव गृह में रखवा दिया गया है और बच्चे के परिवार वाले डॉक्टर पर कानूनी कार्रवाई करने की मांग पर पूरी तरह अड़े हुए हैं। अब देखना यह होगा कि आने वाले समय में बच्चे की मौत पर पुलिस क्या कार्रवाई करती है और दिनेश अस्पताल में आए दिन हो रही ऐसी घटनाएं कब रुकेंगी, ये आने वाला समय बताएगा। राजपुरा से ब्यूरो रिपोर्ट, न्यूज 89। सत श्री अकाल जी, मैं हाँ तुहाडा अपना बिनू ढिल्लों ते तुसी देख रहे हो न्यूज 89। जे तुसी इस चैनल नू मानदे हो तां इस चैनल नू सबसक्राइब भी करो। सत श्री अकाल जी, तुसी देख रहे हो न्यूज 89। सत श्री अकाल जी, मैं हाँ सरगुण मेहता ते तुसी देख रहे हो न्यूज 89 चैनल। दुनिया भर की ताजा अपडेट्स के लिए न्यूज 89 चैनल को अभी सब्सक्राइब करें और क्लिक करें बेल आइकन पर। धन्यवाद।